ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਿੰਦਰ ਕੌਰ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰਾਂ ਤੇ ਖਬਰਾਂ ਦੇ ਬੁਲੇਟਿਨ ਦਾ ਆਗਾਜ਼ ਕਰਾਂਗੇ ਭਗਵੰਤ ਮਾਨ ਦੀ ਖਬਰ ਤੋਂ ਦੱਸਦੇ ਕਿ ਭਗਵੰਤ ਮਾਨ ਧੂਰੀ ਚੋਣ ਲੜਨ ਦੇ ਲਈ ਪਹੁੰਚੇ ਨੇ ਦੱਸਦੇ ਕਿ ਨਾਮਜ਼ਦਗੀ ਭਰਨ ਦੇ ਲਈ ਭਗਵੰਤ ਮਾਨ ਐਸਡੀਐਮ ਦਫ਼ਤਰ ਪਹੁੰਚੇ ਨੇ ਆਪਣੀ ਮਾਤਾ ਹਰਪਾਲ ਕੌਰ ਦੇ ਨਾਲ ਭਗਵੰਤ ਮਾਨ ਐਸਡੀਐਮ ਦਫ਼ਤਰ ਪਹੁੰਚੇ ਨੇ ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ ਆਪ ਸੀਐਮ ਚਿਹਰਾ ਨੇ ਭਗਵੰਤ ਮਾਨ ਤੇ ਭਗਵੰਤ ਮਾਨ ਨੇ ਜੋ ਧੂਰੀ ਤੋਂ ਚੋਣ ਲੜਨਗੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਭਗਵੰਤ ਮਾਨ ਧੂਰੀ ਪਹੁੰਚੇ ਨੇ ਦੱਸਦੇ ਕਿ ਆਪਣੀ ਮਾਤਾ ਜੀ ਦੇ ਨਾਲ ਭਗਵੰਤ ਮਾਨ ਐਸਡੀਐਮ ਦਫ਼ਤਰ ਪਹੁੰਚੇ ਨੇ ਧੂਰੀ ਦੇ ਐਸਡੀਐਮ ਦਫ਼ਤਰ ਪਹੁੰਚੇ ਨੇ ਭਗਵੰਤ ਮਾਨ ਤੇ ਭਗਵੰਤ ਮਾਨ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਨੇ अपनी माता हरपाल कौर के नाल भगवंत मान ने जो धूरी पहुंचे ने दस दिए कि भगवंत मान अपनी माता हरपाल कौर के नाल धूरी पहुंचे ने भगवंत मान के वलों नामजदगी पत्र दाखिल करवाया गया तो धूरी तो चोन लड़नगे आप चेहरा सीएम चेहरा ने भगवंत मान धूरी के एसडीएम दफ्तर पहुंचे ने भगवंत मान अपनी माता दे नाल पर फार्म भरन पहुंचे ने भगवंत मान ਧੂਰੀ ਤੋਂ ਚੋਣ ਲੜਨਗੇ ਆਪ ਦਾ ਸੀਐਮ ਚਿਹਰਾ ਭਗਵੰਤ ਮਾਨ ਭਗਵੰਤ ਮਾਨ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਨੇ ਤੇ ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ ਆਪ ਸੀਐਮ ਚਿਹਰਾ ਭਗਵੰਤ ਮਾਨ ਧੂਰੀ ਤੋਂ ਚੋਣ ਲੜਨਗੇ ਧੂਰੀ ਦੇ ਐਸਡੀਐਮ ਦਫ਼ਤਰ ਪਹੁੰਚੇ ਨੇ ਭਗਵੰਤ ਮਾਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਮਾਨ ਆਪਣੀ ਮਾਤਾ ਹਰਪਾਲ ਕੌਰ ਦੇ ਨਾਲ ਧੂਰੀ एसडीएम दफ्तर पहुंचे ने ते धूरी एसडीएम दफ्तर पहुंच के भगवंत मान दे वल्लों नामजदगी पत्र दाखिल करवाया जाएगा धूरी तो चोन लड़नगे भगवंत मान दस दे कि आप सीएम चेहरा लाने गए ने भगवंत मान आप दे वल्लों अपनी माता हरपाल कौर दे नाल भगवंत मान धूरी एसडीएम दफ्तर पहुंचे ने ते धूरी एसडीएम दफ्तर पहुंच के भगवंत मान दे वल्लों नामजदगी पत्र भरिया जाएगा भगवंत मान के वलों नामजदगी पत्र दाखिल करवाया जाएगा अपनी माता हरपाल कौर के नाल भगवंत मान धूरी एसडीएम दफ्तर पहुंचे ने इस नाल ही दस दे कि भगवंत मान नू लैके दिल्ली के मुख्यमंत्री अरविंद केजरीवाल के वलों भी ट्वीट किया गया सी जिस दे विच दिल्ली के मुख्यमंत्री अरविंद केजरीवाल ने कहा है कि ਉਹ ਅਰਦਾਸ ਕਰਦੇ ਨੇ ਕਿ ਭਗਵੰਤ ਮਾਨ ਨੇ ਜੋ ਧੂਰੀ ਤੋਂ ਚੋਣਾਂ ਲੜਨ ਤੇ ਅਗਲਾ ਸੀਐਮ ਚਿਹਰਾ ਹੈ ਜੋ ਸੀਐਮ ਅਗਲੇ ਨੇ ਜੋ ਭਗਵੰਤ ਮਾਨ ਹੀ ਹੋਣ ਤੇ ਭਗਵੰਤ ਮਾਨ ਨੇ ਜੋ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਪਹੁੰਚੇ ਹੋਏ ਨੇ ਧੂਰੀ ਐਸਡੀਐਮ ਦਫ਼ਤਰ ਤੇ ਧੂਰੀ ਐਸਡੀਐਮ ਦਫ਼ਤਰ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਮਾਤਾ ਹਰਪਾਲ ਕੌਰ ਵੀ ਮੌਜੂਦ ਨੇ ਭਗਵੰਤ ਮਾਨ ਤੇ ਉਹਨਾਂ ਦੀ ਮਾਤਾ ਜੀ ਨਾਮਜ਼ਦਗੀ ਦਾਖਲ ਕਰਵਾਉਣ ਦੇ ਲਈ ਪਹੁੰਚੇ ਹੋਏ ਨੇ ਪੱਤਰ ਹੈ ਜੋ ਭਰਿਆ ਜਾ ਰਿਹਾ ਹੈ ਭਗਵੰਤ ਮਾਨ ਦੇ ਵੱਲੋਂ ਉਹ ਦਫ਼ਤਰ ਦੇ ਵਿੱਚ ਦਾਖਲ ਹੋ ਚੁੱਕੇ ਨੇ ਭਗਵੰਤ ਮਾਨ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ ਤੇ ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ ਆਪ ਸੀਐਮ ਚਿਹਰਾ ਨੇ ਭਗਵੰਤ ਮਾਨ ਧੂਰੀ ਦੇ ਦਫ਼ਤਰ ਪਹੁੰਚੇ ਨੇ ਭਗਵੰਤ ਮਾਨ ਐਸਡੀਐਮ ਦਫ਼ਤਰ ਪਹੁੰਚੇ ਨੇ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਮਾਤਾ ਹਰਪਾਲ ਕੌਰ ਵੀ ਮੌਜੂਦ ਹੈ।